ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਜਿਹੜਾ ਜਿਹੜਾ ਕੰਮ ਮੈਂ ਅੱਜ ਦੱਸੀ ਜਾਊਂਗਾ ਨਾ ਉਹ ਹੋ ਹੋ ਤੁਸੀਂ ਬਿਲਕੁਲ ਨਾ ਕਰਿਓ ਕਿਉਂਕਿ ਤੁਹਾਨੂੰ ਰੇਟ ਪ੍ਰਾਈਸ ਵੀ ਮੈਂ ਅੱਜ ਨਾਲ ਦੀ ਨਾਲੇ ਦਿਖਾ ਲਈ ਜਾਣਿਆ ਇੱਕ ਐਸੀ ਚੀਜ਼ ਆ ਖੇਤੀਬਾੜੀ ਦੇ ਨਾਲ ਰਿਲੇਟਡ ਜਿਵੇਂ ਕਿ ਅਦਰਕ ਹੋ ਗਿਆ 365 ਰੁਪਏ ਅੱਜ ਦਾ ਰੇਟ ਹੈ ਤੇ ਸੋ ਟਮਾਟਰ ਜਿਹੜੇ ਉਹ 120 25 ਰੁਪਏ ਤੋਂ ਉਪਰ ਆ ਸਬਜੀ ਆ ਜਿਹੜੀ ਕੋਈ ਵੀ ਸਬਜੀ ਚਾਹੇ ਤੁਸੀਂ ਮਿਰਚ ਲੈ ਲਓ ਚਾਹੇ ਗੋਭੀ ਲੈ ਲਓ ਕੁਛ ਲੈ ਲਓ ਇਸ ਵੇਲੇ ਪੂਰਾ ਹਾਈएस्ट ਰੇਟ ਤੇ ਚੱਲਦਾ ਕੰਮ ਸੋ ਤੁਸੀਂ ਇਹ ਕੰਮ ਬਿਲਕੁਲ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਬਚਤ ਜਿਆਦੇ ਆ ਸੋ ਤੁਸੀਂ ਝੋਨਾ ਕਣਕ ਲਾਣੀ ਆ ਸਾਰਿਆਂ ਨੇ ਇਸ ਕਰਕੇ ਜਿਹੜੀ ਆ ਸਬਜੀ ਦੀ ਮੰਡੀ ਆ ਜਾਣੀ ਹੈ ਤੇ ਤਾਂ ਹੀ ਸਬਜੀ ਆ ਜਿਹੜੀ ਉਹ ਤੁਹਾਡੀ ਉਹ ਤੁਹਾਨੂੰ ਪ੍ਰੋਫਿਟ ਘੱਟ ਮਿਲੂਗਾ ਸੋ ਦੋਸਤੋ ਇਹ ਸੋਚਣ ਵਾਲੀ ਗੱਲ ਆ 365 ਰੁਪਏ ਇਹ ਜਿਹੜਾ ਰੇਟ ਆ ਇਸ ਵੇਲੇ ਆਦਰਕ ਦੇ 1 ਕਿਲੋ ਦਾ ਮੈਨੂੰ ਲੱਗਦਾ ਰਜਵਾੜੇ ਵੀ ਜਿਹਨਾਂ ਜਿਹੜੇ ਉਹ ਵੀ ਇੱਕ ਕਤਲੀ ਐ ਤਾਂ ਕੱਟ ਕੇ ਦਿੰਦੇ ਹੁਣੇ ਆ ਪਿਆਲ ਆਪਣੀ ਬਹੂ ਨੂੰ ਕਹਿੰਦੇ ਉਹਨੇ ਇੱਕ ਕਤਲੀ ਕੱਟ ਕੇ ਆਦਰਕ ਪਾ ਲੈ ਉਹ ਤੇ ਇੰਨਾ ਗੇ ਪਾਣਾ ਗਰਮ ਹੁੰਦਾ ਇਹ ਕਿਉਂਕਿ ਗਰਮ ਤਾਂ ਆਪ ਹੀ ਹੋਣਾ ਕਿਉਂਕਿ ਰੇਟ ਜੋ 365 ਰੁਪਏ ਉਹ ਵੀ ਵੱਡੇ ਸਟੋਰਾਂ ਜੋ ਆ ਛੋਟਿਆਂ ਜਿਹੜੀਆਂ ਮੰਡੀਆਂ ਚੋਂ ਤਾਂ ਇਹਨਾਂ ਵੀ ਜ਼ਿਆਦਾ 4-400 ਰੁਪਏ ਕਿਲੋ ਆਦਰਕ ਵੇਚਦਾ ਸੋ ਦੋਸਤੋ ਤੁਸੀਂ ਇਹ ਕੰਮ ਬਿਲਕੁਲ ਨਹੀਂ ਕਰਨਾ ਚਾਹੇ ਤੁਸੀਂ ਈਸਟ 'ਚ ਰਹਿੰਦੇ ਆ ਚਾਹੇ ਵੈਸਟ 'ਚ ਰਹਿੰਦੇ ਆ ਚਾਹੇ ਇੱਧਰ ਉੱਧਰ ਕਿਉਂਕਿ ਆਪਣੇ ਇੰਡੀਆ ਦੀ ਮਾਰਕੀਟ ਆ ਗੂਗਲ ਤੇ ਸਰਚ ਕਰ ਲਿਓ 1.92 ਮਿਲੀਅਨ ਡਾਲਰ ਦੀ ਆ ਅਦਰਕ ਦੀ ਸੋ ਜਿੰਜਰ ਦੀ ਮਾਰਕੀਟ ਆ ਸੋ ਇਸ ਵਾਰ ਕਿਸਾਨਾਂ ਨੇ ਕੀ ਹੋਇਆ ਇਸ ਵਾਰ ਪਿਛਲੀ ਵਾਰ ਉਹਨਾਂ ਨੂੰ ਰੇਟ ਨਹੀਂ ਮਿਲਿਆ ਸੋ ਇਸ ਵਾਰ ਸਾਰੇ ਕਿਸਾਨਾਂ ਨੇ ਸਪਾਇਆ ਕਰਤਾ ਕਹਿੰਦੇ ਰੇਟ ਇਸ ਵਾਰ ਵੀ ਨਹੀਂ ਮਿਲਣਾ ਸੋ ਇਸ ਵਾਰ ਉਹਨਾਂ ਦੀ ਜਿੰਨੀ ਨਹੀਂ ਸੋਚਿਆ ਸੀਗਾ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਰੇਟ ਹੋ ਗਿਆ ਕਿਉਂਕਿ ਡਿਮਾਂਡ ਜ਼ਿਆਦਾ ਆ ਸੋ ਕੁਆਂਟੀਟੀ ਉਹਦੀ ਹੈ ਨਹੀਂ ਸੋ ਇਹ ਹੀ ਦੋਸਤੋ ਜਿਹੜਾ ਕੰਮ ਆ ਮੈਂ ਤੁਹਾਨੂੰ ਸ਼ੇਅਰ ਮਾਰਕੀਟ ਦੇ ਵਿੱਚ ਵੀ ਸਮਝਾਉਣਾ ਹੁੰਦਾ ਤੇ ਜਦੋਂ ਸ਼ੇਅਰ ਮਾਰਕੀਟ ਦੇ ਵਿੱਚ ਡਿਮਾਂਡ ਹੋ ਜਾਂਦੀ ਹੈ ਕੁਆਂਟੀਟੀ ਦੀ ਸੋ ਉਸ ਵੇਲੇ ਪ੍ਰਾਈਸ ਉਹ ਵੱਧ ਜਾਂਦਾ ਹੈ ਸੋ ਇਸੇ ਤਰ੍ਹਾਂ ਤੁਸੀਂ ਜਿੱਦਾਂ ਹੋਣਾ ਹੈ ਤੋ ਸਿੱਖਿਆ ਲੈਣੀ ਹੈ ਇਸੇ ਤਰ੍ਹਾਂ ਤੁਸੀਂ ਉਸ ਮਾਰਕੀਟ ਤੋਂ ਵੀ ਸਿੱਖਿਆ ਲੈਣੀ ਆ ਸੋ ਕੁਝ ਵੀ ਹੋ ਜਾਏ ਤੁਹ ਤੁਹਾਡਾ ਵੈਦਰ ਕਿੱਦਾਂ ਦਾ ਵੀ ਹੈਗਾ ਦੋਸਤੋ ਕਿੱਦਾਂ ਦਾ ਵੀ ਵੈਦਰ ਹੈਗਾ ਤੁਸੀਂ ਉੱਥੇ ਆਪਣੀ ਥੋੜੀ ਥੋੜੀ ਸਬਜ਼ੀ ਜੇ ਮੰਨ ਲਓ ਖੇਤ ਲਾਣੇ ਆ ਨਾ ਤੁਸੀਂ ਚਾਰ ਚਾਰ ਕਨਾਲਾ ਤੁਸੀਂ ਜ਼ਰੂਰ ਲਾਣੀ ਆ ਜ਼ਰੂਰ ਲਾਣੀ ਆ ਦੋਸਤੋ ਕਿਉਂਕਿ ਕਾਦ ਰੇਟ ਵੱਜ ਜਾਏ ਇੱਕ ਇੱਕ ਕਤਲੀ ਬੀਬੀਆਂ ਕੱਟ ਕੇ ਦਿਨੀਆਂ ਘਰ ਵਾਲਿਆਂ ਨੂੰ ਆਪਣੇ ਜਿਹੜੇ ਜਿਹੜੇ ਉਹ ਜਨ ਸਬਜ਼ੀ ਬਣਾਣੀਆਂ ਸ਼ੈਫ ਨੇ ਉਹਨੂੰ ਕਹਿ ਦਿੰਦੇ ਆ ਕਿ ਥੋੜਾ ਜਿਹਾ ਪਾ ਦਿਓ ਜੀ ਤੇ ਟਮਾਟਰ ਥੋੜਾ ਖੱਟਾ ਹੁੰਦਾ ਨਾ ਖੱਟਾ ਹੋਣ ਕਰਨੇ ਥੋੜਾ ਪੇਟ ਖਰਾਬ ਹੋ ਜਾਂਦਾ ਸੋ ਇਸ ਕਰਕੇ ਤੁਸੀਂ ਦੋਸਤੋ ਇਸ ਚੀਜ਼ ਦਾ ਧਿਆਨ ਰੱਖਣਾ ਸਬਜ਼ੀ ਆ ਜਿਹੜੀ ਥੋੜੀ 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 ਲਾਂਦੇ ਰਹਿਣਾ ਸੋ ਇਹ ਲੋਕਲ ਮਾਰਕੀਟ ਦਾ ਹਾਲ ਆ ਸਾਡੇ ਤੇ ਇਹ 365 ਰੁਪਏ 120 ਰੁਪਏ ਬਾਕੀ ਮੈਂ ਵੀਡੀਓ ਇੱਕ ਅੱਜ ਦੀ ਬਣਾ ਕੇ ਲਿਆ ਆ ਇੱਕ ਸਟੋਰ ਦੇ ਵਿੱਚ ਸੋ ਮੈਂ ਉਹ ਨਾਲ ਪਾਉਂਗਾ ਤੁਸੀਂ ਦੇਖ ਲੈਣਾ ਕੱਲੀ ਕੱਲੀ ਸਬਜ਼ੀ ਤੇ ਕਿੰਨਾ-ਕਿੰਨਾ ਰੇਟ ਲਿਖਿਆ ਸੋ ਦੋਸਤੋ ਅਸੀਂ ਤਾਂ ਕਣਕ ਝੋਨੇ ਦੇ ਚੱਕਰਾਂ 'ਚ ਫਸਿਓ ਆ ਸੋ ਇਹਦੇ ਨਾਲੋਂ ਚੰਗਾ ਆ ਕਿ ਆਪਾਂ ਜਿਹੜੇ ਉਹ ਟੈਂਟ ਲਾ ਕੇ ਨਾ ਜਿਹੜੇ ਗ੍ਰੀਨ ਸ਼ੈੱਡ ਪਾ ਕੇ ਆਪਾਂ ਉਹਦੇ ਵਿੱਚ ਕੁਛ ਨਾ ਕੁਛ ਬੀਜ ਸਕਦੇ ਆ ਸੋ ਉਹ ਜਿਹੜੀ ਇਨਕਮ ਆ ਉਹਦੇ ਵਿੱਚ ਖਰਚਾ ਘੱਟ ਆ ਤੇ ਇਨਕਮ ਜ਼ਿਆਦਾ ਆ ਸੋ ਕਿਤੇ ਨਾ ਕਿਤੇ ਸਾਲ ਤੋਂ ਸਾਲ ਬਾਅਦ ਇਹਦਾਂ ਦਾ ਸੂਟ ਲੱਗ ਜਵੇ ਤਾਂ ਆਪੇ ਹੀ ਜਿਹੜੀ ਵਾਧੇ ਘਟੇ ਆ ਸਾਰੇ ਜਿਹੜੇ ਨਿਕਲ ਜਾਣੇ ਆ ਸੋ ਇਸ ਕਰਕੇ ਤੁਸੀਂ ਆਪਣੀ ਜਿਹੜੀ ਸਬਜ਼ੀ ਆ ਥੋੜੀ-ਥੋੜੀ ਥੋੜੀ-ਥੋੜੀ ਜ਼ਿਆਦਾ ਲਾਇਆ ਕਰੋ ਬਾਕੀ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਵੱਖ-ਵੱਖ ਸ਼ਹਿਰਾਂ ਦਾ ਪ੍ਰਾਈਜ਼ ਕਿ ਆਇਆ ਕਹਿੰਦੇ ਜੀ ਇਹ ਵਜ੍ਹਾ ਕੀ ਹੈ ਜਿਵੇਂ ਕਿ ਕਿ ਆਦਰਕ ਜਿਹੜਾ ਦੇਖੋ ਹਰੇਕ ਸਬਜ਼ੀ 'ਚ ਪੈਂਦਾ ਸਾਰਿਆਂ ਨੂੰ ਤੰਗ ਕੀਤਾ ਆ ਆਦਰਕ ਨੇ ਹੁਣ ਐਸ ਵੇਲੇ ਤਾਂ ਐਸ ਬਰਸਾਤ ਮਹੀਨੇ ਤੋਂ ਉਦੋਂ ਹੀ ਸਾਡੇ ਪੰਜਾਬੀਆਂ ਨੂੰ ਬਾਹ ਹੋਈ ਜਾ ਮੇਰਾ ਲੱਕ ਦੁਖਦਾ ਇਦਾਂ ਮੇਰਾ ਮੋਂਡਾ ਦੁਖਦਾ ਮੇਰਾ ਗੋਡਾ ਦੁਖਦਾ ਇੰਨਾ ਕ ਆਦਰਕ ਪਾ ਲੋ ਅਗਲੇ ਕਹਿੰਦੇ ਪਰ ਹੁਣ ਆਦਰਕ ਦਾ ਕੋਈ ਨੋਂ ਨਹੀਂ ਲੈਂਦਾ ਘਰ ਗਾਲਾਂ ਪੈਂਦੀਆਂ ਜੀ ਆਦਰਕ ਦਾ ਨੋਂ ਲਾਉ 400 ਰੁਪਏ ਕਿਲੋ ਸੋ ਕਹਿੰਦੇ ਆ ਵੇ ਦੀ ਲੋ ਕਹਦੀ ਨਾ ਜਿਹੜੀ ਲੋ ਮਤਲਬ ਇਹਦੀ ਕੁਆਂਟੀਟੀ ਕਾਤੇ ਇਹ ਘਟਿਆ ਵਧਿਆ ਹੈ ਪੇ ਜਿਹਨੂੰ ਬੀਜਣ ਵਾਲੇ ਘਟ ਗਏ ਤਾਂ ਖਾਣ ਵਾਲੇ ਵੱਧ ਗਏ ਕਿਸਾਨਾਂ ਨੇ ਪਿਛਲੀ ਵਾਰ ਇਹਨੂੰ ਇਸ ਲਈ ਛੱਡ ਦਿੱਤਾ ਸੀਗਾ ਕਿ ਪਿਛਲੀ ਵਾਰ ਉਹਨਾਂ ਨੂੰ ਰੇਟ ਨਹੀਂ ਮਿਲਿਆ ਸੋ ਇਸ ਕਰਕੇ ਬਾਕੀ ਪਬਲਿਕ ਦਾ ਵੀ ਹੱਕ ਬਣਦਾ ਹੈ ਕਿ ਜਿਹੜਾ ਕਿਸਾਨਾਂ ਦਾ ਬਣਦਾ ਤਣ ਦਾ ਜਿਹੜੀ ਜਿਹੜਾ ਖਰਚਾ ਹੈ ਉਹ ਨਿਕਲਦਾ ਰਹੇ ਉਸਕਾ ਭਾਜ ਚੀਜ਼ ਲੈ ਲਿਆ ਕਰੋ ਤੇ ਜਿਹੜਾ ਕਿਸਾਨ ਹੈ ਉਹ ਬਾਰ-ਬਾਰ ਬੀਜੀ ਜਾਵੇ ਜੇ ਕਿਸਾਨਾਂ ਨੇ ਇੱਕੋ ਵਾਰ ਹੁਣ ਸਾਰਿਆਂ ਨੇ ਕਣਕ ਛੋਣੇ ਬੀਜ ਦਿੱਤਾ ਤਾਂ ਮਿੱਤਰੋ ਇਹ ਸਬਜ਼ੀ ਦਾ ਤਾਂ ਬਹੁਤ ਮਾੜਾ ਹਾਲ ਹੋ ਜਾਊਗਾ ਦੋਸਤੋ ਕਿਸਾਨ ਭਰਾਵੋ ਇਹ ਕੰਮ ਨਾ ਕਰਿਓ ਚਾਰ-ਚਾਰ ਕਨਾਲਾਂ ਦੋ-ਦੋ ਕਨਾਲਾਂ ਤੁਸੀਂ ਬੀਜਦੇ ਰਹਿਣਾ ਮੈਂ ਤੁਹਾਨੂੰ ਹੁਣ ਇੱਕ ਹੋਰ ਦੱਸਦਾ ਕਹਿੰਦਾ ਇਹਦਾ ਭਾਅ ਹੈ ਜਿਹੜਾ ਉਹ ਇੰਨਾ ਜ਼ਿਆਦਾ ਕਾਤਿਆ ਕਹਿੰਦੇ ਵੀ ਗਰਮੀ ਦੇ ਸੀਜ਼ਨ ਦੇ ਵਿੱਚ ਨਾ ਇਹ ਆਦਰਕ ਦਾ ਜਿਹੜਾ ਡਿਮਾਂਡ ਆ ਵੈਸੇ ਘਟ ਜਾਂਦੀ ਹੈ ਤੇ ਆਦਰ ਇਹਦਾ ਇੰਨਾ ਰੇਟ ਹੁੰਦਾ ਨਹੀਂ ਐਸਮੋਕੇ ਥੋੜਾ ਬਹੁਤ ਆ ਫਰਕ ਹੁੰਦਾ ਇਹ ਆਫ ਸੀਜ਼ਨ ਸੋ ਪਰ ਐਸ ਵਾਰ ਜਿਹੜਾ ਇਹ ਮਤਲਬ ਉਹ ਕਈ ਗੁਣਾ ਜ਼ਿਆਦਾ ਵੱਧ ਗਿਆ ਇਹਦੇ ਨਾਲ ਤੋ ਦੋਸਤੋ ਇਹ ਤੋਂ ਕਿਸਾਨ ਭਰਾਵੋ ਇਹ ਤੋਂ ਕੋ ਸਿੱਖਿਆ ਲਈ ਸਿੱਖਿਆ ਲੈ ਲਓ ਥੋੜੀ ਜਹੀ ਆਪਣੇ ਨਾ ਦੋ ਦੋ ਚਾਰ ਚਾਰ ਸਿਆੜ ਸਬਜੀ ਦੇ ਜਰੂਰ ਲਾਓ ਮੈਂ ਅੱਗੇ ਵੀ ਤੁਹਾਨੂੰ ਕਹਿਣਾ ਰਹਿਣਾ ਜਿਹੜੀ ਸਬਜੀ ਆਰਗੈਨਿਕ ਤੁਸੀਂ ਘਰ ਬੀਜਣੀ ਆ ਨਾ ਜੇ ਉਹੀ ਆਰਗੈਨਿਕ ਆਦਰਕ ਤੁਸੀਂ ਲੈਣਾ ਹੋਵੇ ਤੁਹਾਨੂੰ 1000 ਰੁਪਏ ਕਿਲੋ ਵੀ ਨਹੀਂ ਮਿਲਣਾ ਦੋਸਤੋ ਤੋ ਇਸ ਕਰਕੇ ਆਪਣੇ ਘਰ ਦੇ ਵਿੱਚ ਦੋ ਦੋ ਚਾਰ ਚਾਰ ਬੱਟਾ ਹਰੇਕ ਚੀਜ਼ ਦੀਆਂ ਲਾਇਆ ਕਰੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਔਰ ਸਾਡੇ ਆਪਣੇ ਪੇਟ ਦੇ ਲਈ ਜਿਹੜੀ ਆ ਕੀ ਬਿਨਾ ਖਾਦ ਦਵਾਈ ਬਿਨਾ ਰੇ ਸਪਰੇ ਦੇ ਦਵਾਈਆਂ ਸੱਚੀਆਂ ਸਾਡੇ ਅੰਦਰ ਜਾਣ ਤੰਦਰੁਸਤ ਰਹਾਂਗੇ ਹੱਟੇ ਕੱਟੇ ਅਸੀਂ ਡਾਕਟਰ ਕੋਲ ਕਦੇ ਵੀ ਨਹੀਂ ਜਾਵਾਂਗੇ ਡਾਕਟਰ ਨੂੰ ਕਹਾਂਗੇ ਬਾਏ ਬਾਏ ਸੋ ਤੁਹਾਡੀ ਸਿਹਤ ਜਿਹੜੀ ਤੰਦਰੁਸਤ ਰਹੂਗੀ ਬੀਪੀ 슈ਗਰ ਹਾਈ ਲੋ ਆ ਸਾਰੇ ਹਟ ਜਾਣੇ ਆ ਸਾਰੇ ਹਟ ਜਾਣੇ ਦੋਸਤੋ ਬਸ ਕਰਨਾ ਕੀ ਹੈ ਜੋਗਿੰਗ ਕਰਨੀ ਹੈ ਧੱਕਾ ਸਸਤ ਕਰਨੀ ਹੈ ਸਵੇਰ ਨੂੰ ਦੋ ਦੋ ਤਿੰਨ ਤਿੰਨ ਕਹਿੰਦੇ ਸੋ ਦੋਸਤੋ ਸਸੀ ਕਾਲਾ ਜੀ ਵੀਡੀਓ ਚੰਗੀ ਲੱਗੀ ਹੋਵੇ ਤੇ ਹੁਣ ਤੁਸੀਂ ਇਹਨੂੰ ਇੱਕ ਵਾਰ ਸ਼ੇਅਰ ਕਰ ਦੇਣਾ ਤੇ ਨਾਲ ਦੀ ਨਾਲ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਧੰਨਵਾਦ ਸਸੀ ਕਾਲ ਜੀ ਮਿਲਦੇ ਆ ਕਿਸੇ ਹੋਰ ਵੀ